ਅਸਲਾਮ ਵਾਲੇਕੁਮ, ਕੀ ਹਾਲ ਚਾਲ? ਉਮੀਦ ਹੈ ਸਾਰੇ ਭੈਣ ਭਰਾ ਖੈਰ ਖਰੀਦ ਨਾਲ ਹੋਣਗੇ, ਸਿਹਤ ਵੀ ਠੀਕ ਹੈ, ਬਿਲਕੁਲ ਫਿੱਟ ਫਾਟ ਜੇ। ਲਓ ਜੀ, ਤੁਹਾਡਾ ਭਰਾ ਐਜ਼ ਯੂਜ਼ੁਅਲ ਨਹਾ ਧੋ ਕੇ ਫਰੈਸ਼ ਹੋ ਗਿਆ, ਠੀਕ ਹੈ। ਵਲੋਗ ਕਰ ਰਹੇ ਆਪਾਂ ਸ਼ੁਰੂ, ਅਤੇ ਵਾਲਦਾ ਜਿਹੜੀ ਆਪਣੀ ਨਾਸ਼ਤਾ ਬਣਾਈ ਜਾ ਰਹੀ, ਨਾਸ਼ਤਾ ਆਪਣਾ ਬਣ ਗਿਆ। ਅੱਜ ਚੂਰੀ ਕਿਹਾ ਸੀ, ਲੇਕਿਨ ਇਹ ਹੈ ਕਿ ਪਰਾਂਠੇ ਪਹਿਲੇ ਬਣ ਗਏ, ਉਸ ਤੋਂ ਬਾਅਦ ਮਾਇੰਡ 'ਚ ਆਇਆ ਕਿ ਅੱਜ ਤਾਂ ਮੈਂ ਚੂਰੀ ਖਾਣੀ ਸੀ। ਲਓ ਜੀ, ਨਹੀਂ ਦੀ ਚੂਰੀ ਨਹੀਂ, ਹੁਣ ਨਾਲ ਉਹ ਆਮਲੇਟ ਜਿਹਾ ਬਣ ਗਿਆ, ਅਤੇ ਹੁਣ ਆਮਲੇਟ ਜਿਹਾ ਖਾਵਾਂਗੇ ਨਾਲ, ਠੀਕ ਹੈ। ਸਮਾਨ ਸਮੂਨ ਆਪਣਾ ਰੈਡੀ ਹੋ ਗਿਆ, ਅਤੇ ਹੁਣ ਪਹਿਲੇ ਨਾਸ਼ਤਾ ਕਰੀਏ, ਬਾਕੀ ਫਿਰ ਮਾਮਲਾ ਜੋ ਵੀ ਜ਼ਿੰਦਗੀ ਦੇ ਹੈ। ਬਾਕੀ ਤੁਸੀਂ ਥੰਬਨੇਲ ਤੋਂ ਤਾਂ ਸਮਝ ਗਏ ਹੀ ਹੋਗੇ ਕਿ ਅੱਜ ਦੀ ਵੀਡੀਓ 'ਚ ਕੀ ਆਉਣ ਵਾਲਾ ਹੈ। ਬੰਦੇ ਦੇ ਪੁੱਤਰ ਬਣੋ ਹੈ, ਸਾਰਾ ਕੁਝ ਜਾਣਨਾ ਚਾਹੁੰਦੇ ਜੀ। ਲਓ ਜੀ, ਨਾਸ਼ਤਾ ਆਪਣਾ ਆ ਗਿਆ, ਠੀਕ ਹੈ, ਸਪੈਸ਼ਲ ਜਿਹਾ ਬਣ ਕੇ। ਸਪੈਸ਼ਲ ਜੀ ਸਾਡੇ ਵਾਸਤੇ ਇਹ ਬਹੁਤ ਸਪੈਸ਼ਲ ਹੈ, ਠੀਕ ਹੈ। ਘਰ ਦੀ ਬਣੀ ਹੋਈ ਰੋਟੀ ਅਤੇ ਇੱਕ ਆਂਡਾ ਪਿਆਜ਼। ਆਂਡਾ ਪਿਆਜ਼ ਕੋਲ ਖਾਂਦਾ, ਮੈਂ ਲੋੜ ਵੀ ਹੁੰਦਾ ਸੀ, ਮੈਂ ਨਾਸ਼ਤੇ 'ਚ ਮੋਸਟਲੀ ਆਂਡਾ ਪਿਆਜ਼ ਬਣਵਾ ਖਾਂਦਾ ਸੀ। ਆਂਡਾ ਪਿਆਜ਼ ਬੜਾ ਮਜ਼ੇਦਾਰ ਲੱਗਦਾ, ਮਤਲਬ ਫਰੈਸ਼ ਜਿਹਾ ਆਂਡਾ ਪਿਆਜ਼ ਬਣਿਆ ਹੋਵੇ। ਚਸ ਆ ਗਈ ਚਾਹ ਤੋਂ, ਹੂੰ, ਨਾਸ਼ਤਾ ਹੁੰਦਾ ਹੀ ਹੈ। ਸਲਮਾਨ ਪੁੱਤਰ ਜੀ, ਮੰਮਾ ਜੀ, ਨਾਸ਼ਤਾ ਕਰ ਲਿਆ ਤੇ ਹੁਣ ਬਹਿ ਗਿਆ ਜਾ ਕੇ? ਹਾਂਜੀ ਮੰਮਾ ਜੀ, ਚਾਹ ਦਾ ਘੁੱਟ ਪੀਣਾ। ਲੋ ਜੀ, ਮਾਂ ਮੇਰੇ ਨੇ ਚਾਹ ਦਾ ਆਰਡਰ ਕੀਤਾ, ਆਪਾਂ ਹੁਣੇ ਹਾਜ਼ਰ ਕਰ ਦਿੰਦੇ ਹਾਂ। ਇਹ ਕਿਹੜੀ ਗੱਲ ਕੀਤੀ ਤੁਸੀਂ ਮਾਮਾ ਜੀ? ਲੈ ਮੁਹੰਮਦ ਪੁੱਤਰ ਤੁਹਾਨੂੰ ਇੰਝ ਚਾਹ ਹਾਜ਼ਰ ਕਰ ਦਿੰਦਾ। ਚਾਹ ਤਾਂ ਮੈਂ ਪਾ ਕੇ ਰੱਖ ਦਿੱਤੀ ਸੀ, ਮੈਂ ਕਿਹਾ ਤੁਸੀਂ ਚੱਕ ਲਓਗੇ, ਤੇ ਤੁਸੀਂ ਚੱਕੀ ਨਹੀਂ। ਹੁਣ ਚਾਹ ਮੇਰੇ ਕੋਲ ਥੋੜ੍ਹੀ ਜਿਹੀ ਵੱਧ ਘੱਟ ਹੋ ਗਈ ਹੈ, ਖੱਬੇ 'ਚ ਵੱਧ ਹੋ ਗਈ ਹੈ ਅਤੇ ਸੱਜੇ 'ਚ ਘੱਟ ਹੋ ਗਈ। ਹੁਣ ਮੈਂ ਤੁਹਾਨੂੰ ਉਹਨਾਂ ਕੱਪ ਦੇ ਦਿਆਂ ਤੁਹਾਨੂੰ। ਹਾਂ ਹੈਲੋ ਜੀ, ਹੈਲੋ, ਸੌ ਵਾਰੀ ਬਿਸਮਿਲ੍ਲਾ। ਨਹੀਂ, ਮੇਰੇ ਵਾਲਾ ਥੋੜ੍ਹਾ ਜਿਹਾ ਜ਼ਿਆਦਾ ਭਰ ਗਿਆ, ਇਹ ਇਹ ਜਿਹੜੀ ਪੱਕੀ ਸੀ ਮੈਂ ਸਾਰੀ ਪਾ ਦਿੱਤੀ, ਅਤੇ ਉਹ ਝੱਗਦਾ ਹੀ ਤਾਂ ਸਵਾਦ, ਜਦੋਂ ਤੁਸੀਂ ਉਹ ਵੇਖੀ ਕਿਤੇ ਕਾਂ ਚੜਦਾ ਮੇਰਾ, ਜਦੋਂ ਤੁਸੀਂ ਸੂਟਾਂ ਲਾ ਕੇ ਪੀਣੀ ਹੈ ਉਹਦੇ ਤਾਂ ਸਵਾਦ। ਉਹ ਕੀ ਉਹ ਬੁੱਲ ਚੁੱਪ ਕਰ ਕਰਕੇ, ਮੈਂ ਤਾਂ 3 ਸਾਲ ਸੱਚੀ ਲੋੜ ਰਿਹਾ ਉੱਥੇ ਉਹ ਆਫਿਸ ਦੇ ਵਿੱਚ, ਆਫਿਸ ਦੇ ਵਿੱਚ ਅਤੇ ਬਾਹਰ ਉਹ ਉੱਥੇ ਨਾ ਆਫਿਸ ਦੇ ਵਿੱਚ ਹੁਣ ਤੁਸੀਂ ਨਹੀਂ ਪੀ ਸਕਦੇ ਇੰਝ ਕਰਕੇ। ਉਹ ਮੇਰਾ ਇੱਕ ਬੇਲੀ ਸੀ, ਮੈਨੂੰ ਯਾਦ ਆਈ ਗੱਲ, ਉਹ ਹੁਣ ਦੁਬਈ ਚਲਾ ਗਿਆ, ਉਹ ਮੇਰੇ ਨਾਲ ਸੀ ਪਹਿਲੇ ਮੇਰੀ। ਮੇਰਾ ਨਾ ਇੱਕ ਬੇਲੀ ਸੀ, ਅਸੀਂ ਨਾ ਉਦੋਂ ਇੰਟਰਨ ਹੀ ਗਏ ਸੀ, ਅਸੀਂ ਕੰਪਨੀ ਚੇਂਜ ਕੀਤੀ, ਜਿਸ ਟਾਈਮ ਫੀਲਡ ਚੇਂਜ ਕੀਤੀ ਨਾ, ਅਤੇ ਮੈਂ ਵੀ ਇੰਟਰਨ ਹੀ ਸੀ, ਅਤੇ ਮੈਂ ਉਦੋਂ ਥੋੜ੍ਹਾ ਜਿਹਾ ਸੀਨੀਅਰ ਸੀ ਉਹਦੇ ਕੋਲ 1.5 ਮਹੀਨਾ ਪਹਿਲਾਂ, 2 ਮਹੀਨੇ ਪਹਿਲੇ ਮੈਂ ਗਿਆ ਸੀ, ਮੇਰੀ ਇੰਟਰਨਸ਼ਿਪ ਮੁੱਕਣਾ, ਇਸ ਤੋਂ ਇੰਟਰਨ ਹੀ ਆਇਆ, ਅਤੇ ਮੈਂ ਹੁਣ ਮੇਰੀ ਇੰਟਰਨਸ਼ਿਪ ਖਤਮ ਹੋ ਗਈ, ਮੈਂ ਪ੍ਰੋਬੇਸ਼ਨ ਦੇ ਪੀਰੀਅਡ ਸੀ ਅਤੇ ਉਹ ਇੰਟਰਨ ਹੀ ਸੀ, ਅਤੇ ਜੀ ਉਹ ਨਾ ਹੁਣ ਮੇਰੇ ਨਾਲ ਬੈਠਾ, ਅਤੇ ਹੁਣ ਮੈਨੂੰ ਆਦਤ ਹੋ ਗਈ ਸੀ ਹੌਲੀ ਹੌਲੀ, ਹੁਣ 2-3 ਸਾਲ ਲੰਘ ਗਏ ਸੀਗੇ, ਅਤੇ ਉਹ ਚਾਹ ਫਿਰ ਨਾ ਸੁਰ ਛੱਡਤੀ ਸੀ, ਫਿਰ ਚੁੱਪ ਕਰਕੇ ਪੀਣ ਵਾਲੀ ਨਾ ਆਦਤ ਬਣ ਗਈ ਸ਼ੁਰੂ ਸ਼ੁਰੂ, ਅਤੇ ਮੈਂ ਜਦੋਂ ਜੀ ਚੁੱਪ ਕਰਕੇ ਚਾਹ ਪੀਣੀ ਨਾ ਇੰਝ ਉਹ ਮੇਰੇ ਬੋਲ ਹੀ ਸੜਨੇ, ਉਹ ਤੱਤੀ ਚਾਹ ਪੀਤੀ ਨਹੀਂ, ਸਿੱਧੀ ਗੱਲ ਤੱਤੀ ਤਾਂ ਨਹੀਂ ਪੀਤੀ ਜਾਂਦੀ, ਵਾਸਤੇ ਤਾਂ ਠੰਡੀ ਪੀਣੀ ਪੈਂਦੀ, ਠੰਡੀ ਤਾਂ ਸਵਾਦ ਕੋਈ ਨਹੀਂ ਆਉਂਦਾ, ਅਤੇ ਮੇਰੇ ਨਾ ਬੁੱਲ ਸੜਨੇ, ਮੈਂ ਬੜਾ ਔਖਾ ਘੁੱਟ ਘੁੱਟ ਕੇ ਆਦਤ ਪਾ ਲਈ, ਹੋ ਗਿਆ ਕੰਮ ਸੈੱਟ। ਹੁਣ ਜੀ ਉਹ ਮੇਰੇ ਨਾਲ ਆ ਕੇ ਬੈਠਾ, ਅਤੇ ਉਹ ਦੇਸੀ ਜਿਹਾ ਬੰਦਾ ਸੀ, ਉਹ ਵੀ ਉਹਨੇ ਪੀਣੀ ਚਾਹ, ਮੈਂ ਉਹਨੂੰ ਕਿਹਾ, ਮੈਂ ਕਿਹਾ ਤੂੰ ਚਾਹ ਪੀਣ ਡਿਆ ਅਤੇ ਮੈਂ ਕੰਮ ਕਰਨ ਡਿਆ, ਠੀਕ ਹੈ, ਅਤੇ ਮੈਨੂੰ ਡਿਸਟਰਬ ਨਾ ਕਰ, ਤੂੰ ਚਾਹ ਮੇਰਾ ਭਰਾ ਪੀਣੀ, ਅਤੇ ਤੂੰ ਸਕੂਨ ਨਾਲ ਪੀਏ, ਜੇ ਤਾਂ ਆਇਆ ਸੀ। ਕਹਿੰਦਾ ਭਾਈ ਅਬ ਚਾਹ ਤੋਂ ਇੱਕ ਪੀਣੀ ਹੋਤੀ ਹੈ, ਠੀਕ ਹੈ, ਅਬ ਚਾਹੇ ਮੈਂ ਵੀ ਬੰਦਾ ਕਿਹਾ, ਬੰਦਾ ਸੁੜ ਨਾ ਕਰੇ, ਕਹਿੰਦਾ ਸੁੜ ਕਾ ਤਾਂ ਮੁੰਜੇ ਸਵਾਦ ਆਤਾ ਸਾਰੇ ਕਾ ਸਾਰਾ, ਹੈ ਕਹਿੰਦਾ ਯੇ ਨਾ ਕਰੂੰ ਤਾਂ ਫਿਰ ਮੁੰਜੇ ਚਾਹੇਗਾ ਤਾਂ ਕੋਈ ਫਾਇਦਾ ਨਹੀਂ, ਕਹਿੰਦਾ ਮੈਂ ਇਸੀ ਚੀਜ਼ ਕਾ ਮੈਨੇ ਮਜ਼ਾ ਲੈਣਾ ਹੋਤਾ। ਆਪਣਾ ਇੱਕ ਬਾਬਾ ਬਹਿ ਸੀ, ਅੱਛਾ, ਉਹਨੇ ਚਾਹ ਪੀਣੀ ਵੇਖ ਲੋ ਜਦੋਂ ਮੈਂ ਆਇਆ ਹੈ ਇੱਕ ਤੇ ਹੁਣ ਸਾਰੇ ਤੇ ਆਪਾਂ ਲਾ ਦੇ, ਆਪਾਂ ਉੱਥੇ ਗਾਣਾ ਲਾ ਦਿਆਂਗੇ ਜੱਟ ਦਾ ਮੁਕਾਬਲਾ, ਦੱਸ ਮੈਨੂੰ ਕਿੱਥੇ ਆ ਗਏ। ਮੈਂ ਤੁਹਾਨੂੰ ਪੀ ਕੇ ਬਹਾਨਾ, ਇਹ ਇੰਝ ਪੀਂਦਾ ਸੀ ਉਹ,
ਚਾਸਾ ਆਇਆ ਦੀ ਚਾਹ ਚੜ ਚੱਲੀ ਸੀ ਕਿਤੇ ਇੱਥੋਂ ਦੀ ਘੁੰਮ ਕੇ ਨੱਕ ਥਾਣੀ ਬਾਹਰ ਆਉਂਦੀ ਰਿਵਰਸ ਗੇਅਰ ਲੱਗ ਜਾਂਦਾ ਨਾਲ ਹੁਣ ਤੁਸੀਂ ਇੱਕ ਘੁੱਟ ਲਾ ਕੇ ਪਾਓ ਮੈਂ ਕਹਿੰਦਾ ਸੂਡਾ ਦਾ ਨਹੀਂ ਨਹੀਂ ਆਪਾਂ ਆਪਾਂ ਲਾਉਂਦੇ ਹਾਂ ਮੁਕਾਬਲਾ ਕੌਣ ਚਾਹ ਪਹਿਲੇ ਪੀਂਦਾ ਕਰਕੇ ਵਿਖਾਓ ਨਾ ਆਹ ਵੀ ਸੂੜੀ ਹੈ ਥੋੜ੍ਹਾ ਛੋਟਾ ਹੁਣ ਉਹ ਉਹ ਹੁਣ ਆਫਿਸ ਚੇਂਜ ਪੀਣੀ ਪੈਂਦੀ ਸੀ ਥੋੜੀ ਜੀ ਪਾ ਲੈਣੀ ਦੋ ਸੂਟੇ ਮਾਰ ਲੈਣ ਫਿਰ ਥੋੜੀ ਪਾ ਦੋ ਸੂਟੇ ਮਾਰ ਮੈਂ ਕਹਿਣਾ ਆਸ਼ਰਾ ਤੂੰ ਇੰਜ ਕਰਿਆ ਕਰ ਵੀ ਇਹ ਪਤੀਲੀ ਜੀ ਵੜ ਜਿਆ ਕਰ ਅਸਤਗਫਿਰੁੱਲਾ ਭਾਵੇਂ ਦਾ ਤਾਲੂ ਸੜ ਜਾਵੇ ਉਹ ਬੜੀ ਗਰਮ ਚਾਹ ਪੀਂਦੀ ਤੇ ਸੜੀ ਪਈ ਹੈ ਸੜੀ ਪਈ ਨਾਲ ਤੁਹਾਡੀ ਟਿਕਟੋਕ ਦੀ ਪੇਮੈਂਟ ਜਿਹੜੀ ਨਾ ਉਹ ਮੈਂ ਕਢਾ ਲਿਆ ਠੀਕ ਹੈ ਕੱਲ ਆਈ ਸੀ ਮੈਂ ਕਢਾ ਲਿਆ ਮੈਂ ਤੁਹਾਨੂੰ ਦੱਸਿਆ ਨੀ ਲਓ ਜੀ ਮਾਲਦਾ ਜੀ ਟਿਕਟੋਕ ਦੀ ਪੇਮੈਂਟ ਆ ਗਈ ਹੈ ਪਹਿਲੀ ਠੀਕ ਹੈ ਟਿਕਟੋਕ ਦੀ ਪੇਮੈਂਟ ਮੇਰੀ ਨਹੀਂ ਹੈ ਜੀ ਸਿੱਧੀ ਜਿਹੜੀ ਗੱਲ ਹੈ ਮਿਹਨਤ ਸਾਰੀ ਆਪਣੀ ਆ ਚੋਰੀ ਸਾਹਿਬ ਦੀ ਹੈ ਠੀਕ ਹੈ ਇਹ ਅਤੇ ਇਹ ਲਓ ਜੀ ਇਹ ਤੁਹਾਡੀ ਟਿਕਟੋਕ ਦੀ ਪੇਮੈਂਟ ਇਹਦੇ ਵਿੱਚ ਮੈਂ ਦੱਸਣੀ ਸੀ ਯਾਰ ਕੱਲ ਰਾਤੀ ਪਤਾ ਨਹੀਂ ਫਿਰ ਮੈਂ ਕਿੱਧਰ ਚਲਾ ਗਿਆ ਮੈਂ ਕਿਤੇ ਉਹ ਕੰਮ ਚਲਾ ਗਿਆ ਸੀਗਾ ਠੀਕ ਹੈ ਇਹ ਵਾਲਦਾ ਜਿਹੜੀ ਨਾ ਟਿਕਟੋਕ ਦੀ ਛੋਟੀ ਜਿਹੀ ਇੱਕ ਉਹਨਾਂ ਦੀ ਮਿਹਨਤ ਆ ਗਈ ਠੀਕ ਹੈ ਬੜੀ ਹੈ ਮੇਰੇ ਵਾਸਤੇ ਤੇ 1 ਕਰੋੜਾਂ ਨੇ ਕਰੋੜਾਂ ਨੇ ਹਾਂਜੀ ਕਰੋੜਾਂ ਦੇ ਨੇੜੇ ਨੇੜੇ ਨੇ ਪਹੁੰਚ ਜਾਣਾ ਅੱਲਾ ਖੈਰ ਕਰਿਆ ਲਓ ਜੀ ਵਾਲਦਾ ਨੇ ਮਿਹਨਤ ਕੀਤੀ ਸੀ ਮਿਹਨਤ ਉਹਨਾਂ ਦਾ ਰੰਗ ਲੈ ਆਈਏ ਅਤੇ ਸਾਰੇ ਦਾ ਸਾਰਾ ਕ੍ਰੈਡਿਟ ਜਿਹੜਾ ਨਾ ਵਾਲਦਾ ਨੂੰ ਇਹ 35 ਦੀ ਜਿਹੜੀ ਗੱਲ ਹੈ ਕਿਉਂਕਿ ਮਿਹਨਤ ਉਹਨਾਂ ਦੀ ਸੀ ਆਪਣੀ ਦੇ ਵਿੱਚ ਕੋਈ ਮਿਹਨਤ ਨਹੀਂ ਕੋਈ ਕਾਰਗਰਦਗੀ ਨਹੀਂ ਅਤੇ ਤੁਹਾਡਾ ਜਿੰਨਾ ਵੀ ਭੈਣ ਭਰਾਵਾਂ ਦਾ ਪਿਆਰ ਸੀ ਸਾਰਾ ਦਾ ਸਾਰਾ ਪਿਆਰ ਵਾਲਦਾ ਨੂੰ ਸੀ ਲਓ ਜੀ ਇਹ 5-5 ਹਜ਼ਾਰ ਦੀ ਅਤੇ ਇਹ 1000-1000 ਦੀ ਥੋੜ੍ਹੇ ਜਿਹੇ ਹੈ ਨੇ ਠੀਕ ਹੈ ਜੋ ਵੀ ਹੈ ਨੇ ਉਹਨਾਂ ਦੀ ਮਿਹਨਤ ਦੀ ਕਮਾਈ ਹੈ ਅਤੇ ਆਪਾਂ ਲਿਆ ਕੇ ਉਹਨਾਂ ਦੇ ਹੱਥ 'ਚ ਦੇ ਦੀ ਮੈਂ ਕਿਹਾ ਮਾਮਾ ਜੀ ਇਹ ਤੁਹਾਡੀ ਕਮਾਈ ਹੈ ਠੀਕ ਹੈ ਇਹ ਤੁਸੀਂ ਫੜੋ ਤੁਹਾਡੀ ਮਾਨਤ ਸੀ ਮੇਰਾ ਕੰਮ ਸੀ ਕਢਾ ਕੇ ਦੇਣਾ ਅਤੇ ਕਿੱਦਾਂ ਕਿੱਦਾਂ ਨਿਕਲਦੇ ਨੇ ਕਮਾ ਘੁੰਮੂ ਕੇ ਆਪਾਂ ਕਢਾ ਦਿੱਤੇ ਨੇ ਇਹ ਤੁਹਾਡੇ ਤੱਕ ਪਹੁੰਚ ਗਏ ਨੇ 2 ਮਹੀਨਿਆਂ ਦੀ ਮਿਹਨਤ ਜਿਹੜੀ ਨਾ ਤੁਹਾਡੀ ਰਲ ਰੁਲ ਕੇ ਜਿਹੜੀ ਆ ਗਈ ਹੈ ਅਤੇ ਇਹ ਤੁਸੀਂ ਆਪਣੀ ਮਾਨਤ ਫੜੋ ਆਪਾਂ ਤੁਹਾਡੇ ਹੱਥ 'ਚ ਫੜਾ ਦਿੱਤੀ ਹੈ ਅਤੇ ਮੈਂ ਸੁਬਾਹ ਤੁਹਾਨੂੰ ਕਿਹਾ ਸੀ ਵਲੋਗ ਦੇ ਸ਼ੁਰੂ ਦੇ ਵਿੱਚ ਤੁਸੀਂ ਥੰਬ ਨੇਲ ਤੋਂ ਦੇਖ ਲਓਗੇ ਠੀਕ ਹੈ ਅਤੇ ਥੰਬ ਨੇਲ ਇਹੀ ਸੀ ਕਿ ਉਹਨਾਂ ਜਿਹੜੀ ਨਾ ਟਿਕਟੋਕ ਦੀ ਜਿਹੜੀ ਪੇਮੈਂਟ ਨਾ ਉਹ ਆ ਗਈ ਕਿਉਂਕਿ ਸਾਨੂੰ 2 ਮਹੀਨੇ ਆਲਮੋਸਟ ਹੋਣ ਵਾਲੇ ਨੇ ਨਹੀਂ 2 ਮਹੀਨੇ ਨਹੀਂ ਹੋਏ ਜੇ ਸਾਨੂੰ 1.5-2 ਮਹੀਨੇ ਹੋ ਗਏ ਨਾ ਕੋਈ ਟਿਕਟੋਕ ਬਣਾਉਂਦੇ ਹਾਂ ਅਤੇ ਤੁਸੀਂ ਜਿੰਨੀ ਪਿਆਰ ਹੋ ਟਿਕਟੋਕ 'ਤੇ ਦਿਖਾਈ ਠੀਕ ਹੈ ਉਸ ਤਰ੍ਹਾਂ ਯੂਟਿਊਬ 'ਤੇ ਵੀ ਦਿਖਾਓ ਇਨਸ਼ਾਅੱਲਾ ਜਲਦੀ ਜਲਦੀ ਅਤੇ ਜਿਹੜੇ ਕਹਿੰਦੇ ਨਾ ਕਿ ਔਰਤਾਂ ਨਹੀਂ ਕਰ ਸਕਦੀਆਂ ਔਰਤਾਂ ਦਾ ਦੇਖੋ ਕਿ ਹੁਣ ਮੈਂ ਪੜ੍ਹਿਆ ਮੈਂ ਔਨਲਾਈਨ ਰਨਿੰਗ 'ਤੇ ਹੈ ਰੀਅਲ ਹੈ ਕਿਉਂਕਿ ਮੈਂ ਕਰ ਰਿਹਾ ਮੈਂ 2016 ਦਾ ਇਸ ਫੀਲਡ ਦੇ ਵਿੱਚ ਹਾਂ ਮੈਂ ਸੋਫਟਵੇਅਰ ਇੰਜੀਨੀਅਰ ਹਾਂ ਅਤੇ ਜੀ ਮੈਂ ਤਾਂ ਕਰ ਰਿਹਾ ਠੀਕ ਹੈ ਅਲਹਮਦੁਲਿਲਾ ਸਾਰਾ ਕੁਛ ਰੀਅਲ ਹੈ ਹੁੰਦਾ ਕੁਛ ਫੇਕ ਵੀ ਹੁੰਦੇ ਨੇ ਵਿੱਚ ਮੈਥਡ ਲੇਕਿਨ ਕਹਿੰਦੇ ਨੇ ਕਿ ਜੇ ਰਿਹਾ ਨਹੀਂ ਪੜ੍ਹਿਆ ਲਿਖਿਆ ਉਹ ਨਹੀਂ ਕਰ ਸਕਦਾ ਜ਼ਾਹਰੀ ਗੱਲ ਉਹ ਨਹੀਂ ਕਰ ਸਕਦਾ ਲੇਕਿਨ ਇਹ ਅਗਰ ਤੁਸੀਂ ਉਹਨੂੰ ਕੁਛ ਸਟੈਪ ਨੇ ਆਹਿਸਤਾ ਸਮਝਾਓ ਤਾਂ ਬੰਦਾ ਕਰ ਹੀ ਲੈਂਦਾ ਹੁਣ ਕੀ ਮਾਲਦਾ ਵਿਹਲੀ ਬੈਠੀ ਬੇਸਿਕਲੀ ਪੈਸੇ ਕਮਾਉਣਾ ਕੋਈ ਮਕਸਦ ਨਹੀਂ ਸੀ ਟਿਕਟੋਕ 'ਤੇ ਆਉਣ ਦਾ ਮੈਂ ਕਿਹਾ ਜੀ ਚਲੋ ਤੁਸੀਂ ਨਾ ਵਿਹਲੇ ਬੈਠੇ ਨੇ ਟਾਈਮ ਬਹੁਤ ਜ਼ਿਆਦਾ ਹੁੰਦਾ ਤੁਹਾਡੇ ਕੋਲ ਫ੍ਰੀ ਬੰਦਾ ਮੈਂਟਲੀ ਜਿਹੜਾ ਨਾ ਡਿਸਟਰਬ ਹੋਇਆ ਹੁੰਦਾ ਅਤੇ ਕਹਿੰਦੇ ਨੇ ਸਿਆਣੇ ਕਹਿੰਦੇ ਨੇ ਵਿਹਲਾ ਦਿਮਾਗ ਸ਼ਤਾਨ ਦਾ ਘਰ ਹੁੰਦਾ ਅਤੇ ਇਨਸਾਨ ਬਿਜ਼ੀ ਰਵੇ ਥੋੜ੍ਹਾ ਜਿਹਾ ਤੇ ਉਹ ਬਿਜ਼ੀ ਕਰਨ ਵਾਸਤੇ ਜਿਹੜਾ ਨਾ ਮੈਂ ਕਿਹਾ ਟਿਕਟੋਕ 'ਤੇ ਤੁਸੀਂ ਤੁਹਾਡੇ ਦਿਨ 'ਚ ਜਦੋਂ ਆਈਡੀਆ ਆਵੇ ਮੈਂ ਤਾਂ ਇੱਥੇ ਬੈਠਾ ਇਹ ਟੇਬਲ 'ਤੇ ਮੈਂ ਬੈਠਾ ਹੁੰਦਾ ਠੀਕ ਹੈ ਮੈਂ ਕਿਹਾ ਮੈਂ ਇੱਥੇ ਬੈਠਾ ਜਦੋਂ ਤੁਹਾਡੇ ਦਿਨ 'ਚ ਕੋਈ ਗੱਲ ਆਵੇ ਤੁਸੀਂ ਮੈਨੂੰ ਟੱਕ ਦੱਸਣਾ ਆਪਾਂ ਰਿਕਾਰਡ ਕਰਕੇ ਅਪਲੋਡ ਕਰਦਾ ਹੈ ਉਹ ਰਿਕਾਰਡ ਕਰਕੇ ਅਪਲੋਡ ਕਰਨ ਲੱਗੀਆਂ ਤੁਹਾਨੂੰ ਸਾਰਿਆਂ ਨੂੰ ਗੱਲਾਂ ਜਿਹਨੇ ਭੈਣ ਭਰਾ ਬਹੁਤ ਜ਼ਿਆਦਾ ਪਸੰਦ ਆਈਆਂ ਤੁਸੀਂ ਇੰਜੋਏ ਕੀਤਾ ਉਹਨਾਂ ਚੀਜ਼ਾਂ ਨੂੰ ਠੀਕ ਹੈ ਅਤੇ ਅਸੀਂ ਉਸ ਹੋਰ ਸਪੀਡ ਫੜੀ ਮੈਂ ਕਹਿੰਦਾ ਜਿਵੇਂ ਤੁਸੀਂ ਲਾਈਕ ਵੀਡੀਓ ਦੇ ਕਮੈਂਟ ਵੱਧ ਗਏ ਠੀਕ ਹੈ ਵੱਧ ਗਏ ਉਵੇਂ
ਉਹ ਦੀਆਂ ਗੱਲਾਂ ਕਰਨੀਆਂ, ਨਮਾਜ਼ ਪੜ੍ਹੋ, ਕੁਰਾਨ ਪੜ੍ਹੋ, ਇਬਾਦਤ ਕਰੋ, ਘਰ ਦੇ ਕੰਮ ਕਰੋ, ਟਿਕਟੋਕ ਵਾਸਤੇ ਕਿੰਨਾ ਇੰਨਾ ਟਾਈਮ ਚਾਹੀਦਾ? ਉਹ ਟਿਕਟੋਕ ਤੇ ਇੱਕ ਪਲੇਟਫਾਰਮ ਹੈ ਨਾ, ਉਹਦੇ ਉੱਤੇ ਤੁਸੀਂ ਜੋ ਮਰਜ਼ੀ, ਠੀਕ ਹੈ, ਜਿਸ ਤਰ੍ਹਾਂ ਤੁਸੀਂ ਮੁਹੱਬਤ ਉਗਾਈ, ਆਪਾਂ ਇੱਧਰ ਟ੍ਰੇਨ ਦੀ ਸਪੀਡ ਜਿਹੜੀ ਤੇਜ਼ ਕਰ ਦਿੱਤੀ, ਇੱਕ ਵੀਡੀਓ ਪਹਿਲੇ, ਫਿਰ ਦੋ, ਤਿੰਨ, ਚਾਰ, ਪੰਜਾਂ 'ਤੇ ਪਹੁੰਚਾ ਦਿੱਤੀ ਆਪਾਂ, ਪੰਜਾਂ ਤੋਂ ਵੱਧ ਨਹੀਂ ਬਣਦੀਆਂ ਭਾਈ, ਬਸ ਬਸ ਹੋ ਜਾਂਦੀ ਹੈ, ਹੋਰ ਵੀ ਕੰਮ ਹੁੰਦੇ ਨੇ ਬੜੇ, ਠੀਕ ਹੈ। ਅਤੇ ਜਿਹੜਾ ਹੈ ਨਾ, ਸਾਰੀਆਂ ਭੈਣ ਭਰਾ ਜੋ ਨਹੀਂ ਪੜ੍ਹੇ ਲਿਖੇ ਉਹ ਵੀ ਕਰ ਸਕਦੇ ਨੇ, ਲੇਕਿਨ ਟਿਕਟੋਕ ਦਾ ਕਰ ਸਕਦੇ ਨੇ, ਟਿਕਟੋਕ ਇਲਾਵਾ ਦੂਸਰੇ ਕੰਮਾਂ ਦਾ ਭਾਈ ਮੈਨੂੰ ਨਹੀਂ ਪਤਾ, ਦੂਸਰੇ ਤਾਂ ਮੈਨੂੰ ਜਿਹੜੇ ਹੈ ਨਹੀਂ ਉਹ ਪੜ੍ਹੇ ਲਿਖੇ ਕਰ ਸਕਦੇ ਨੇ, ਠੀਕ ਹੈ। ਅਤੇ ਉਹ ਤਾਂ ਫੀ ਮੇਰਾ ਤਾਂ ਜਿਹੜਾ ਕੰਮ ਹੈ ਉਹ ਤਾਂ ਮੇਰੀ ਫੀਲਡ ਦੇ ਬੰਦੇ ਹੀ ਕਰ ਸਕਦੇ ਨੇ, ITI ਜਿਹੜਾ ਮੈਨੂੰ ਆਉਂਦਾ, ਉਹ ਤੋਂ ਇਲਾਵਾ ਬਾਕੀ ਜਿਹੜੇ ਹੈ। ਹਾਂ, ਹੁਣ ਵਾਲਦਾ ਕਹਿੰਦੀ ਕਿ ਜੀ ਕੱਲ੍ਹ ਮੈਂ ਕਢਾ ਕੇ ਲਿਆਇਆ, ਮੈਂ ਪਹਿਲੇ ਸੋਚਿਆ ਨਹੀਂ ਕਢਾਵਾਂ, ਫਿਰ ਮੈਂ ਕਿਹਾ ਨਹੀਂ, ਜੋ ਖੁਸ਼ੀ ਉਹਨਾਂ ਨੂੰ ਹੱਥ 'ਚ ਪੈਸੇ ਫੜ ਕੇ ਹੋਣੀ ਨਾ, ਉਹ ਬੈਂਕ 'ਚ ਪਿਆ ਦੇਣੀ ਹੋਣੀ ਅਤੇ ਕਢਾ ਦੇਣਾ। ਤਾਂ ਵਾਲਦਾ ਕਹਿੰਦੀ ਇਹ ਪੈਸੇ ਨਹੀਂ ਮੈਂ ਵਰਤਨੇ, ਮੈਂ ਵਰਤਨੇ ਆਪਦੇ ਦੂਸਰੇ ਹੀ ਨੇ, ਇਹ ਪੈਸੇ ਜਿਹੜੇ ਨਾ ਮੈਂ ਵੱਖਰੇ ਜਮ੍ਹਾਂ ਇੱਕ ਬੈਂਕ ਦੇ ਲੋਕਰ 'ਚ ਰੱਖ ਕੇ ਨਾ, ਸੇਵਿੰਗ ਅਕਾਊਂਟ 'ਚ ਨਾ ਮੈਂ ਜਿੰਦਰਾ ਭਰਾ ਦੇਣਾ। ਅਤੇ ਹੁਣ ਵੇਖੋ ਉਹ ਤਿਆਰੀ ਵੱਟੀ ਬੈਠ, ਉਹ ਤਿਆਰੀ ਵੱਟੀ ਬੈਠੇ ਟਿੱਕੇ ਅੱਗੇ ਤਾਂ ਬੰਨ ਲੈਣ ਲੱਗੇ, ਪੈਸੇ ਕਿੱਥੇ ਬਣੇ ਨੇ, ਇਹ ਐਵੇ ਐਵੇ ਲੇਟ ਲੂਟ ਲੇ ਰਹੇ ਪੈਸੇ, ਇਹ ਇਹ ਕਰਕੇ ਇਹ ਦੱਸਣਾ ਕਿ ਕਿਹੜੀਆਂ ਕਿਹੜੀਆਂ ਜਿਹੜੇ ਦੇਸੀ ਮਾਵਾਂ ਨੇ ਨਾ ਐਵੇਂ ਪੱਲੇ ਨਾਲ ਪੈਸੇ ਬੰਨ ਕੇ ਰੱਖਦੀਆਂ ਨੇ, ਉਵੇਂ ਗੋਲਮੋਲ ਕਰਕੇ ਨਾ ਦੱਸੀ ਸਾਰੀ। ਅਤੇ ਇਹ ਅੱਛੀ ਵਾਲੀ ਪੇਮੈਂਟ ਹੈ ਯਾਰ, ਮੈਂ ਕੈਲਕੂਲੇਸ਼ਨ ਤਾਂ ਨਹੀਂ ਦੱਸਾਂਗਾ, ਲੇਕਿਨ ਐਟਲੀਸਟ ਮੈਂ ਇੰਨਾ ਕਹਿ ਦਾਂਗਾ ਕਿ ਇਹ ਜਿਹੜਾ ਨਾ 17 ਗ੍ਰੇਡ ਦੇ ਜਿਹੜੇ ਨਾ ਦੋ ਅਫੀਸਰ ਜਿਹੜੇ ਨੇ, ਠੀਕ ਹੈ, ਉਹਨਾਂ ਦੀ ਸੈਲਰੀ ਨਾਲੋਂ ਆਲਮੋਸਟ ਜ਼ਿਆਦਾ ਨੇ, ਅਲਹਮਦੁਲਿਲਾ। ਅਤੇ ਇਹ ਤਾਂ ਸਾਡਾ ਪਹਿਲਾ ਮਿਹਨਤ ਸੀ, ਅਸੀਂ ਬਿਲਕੁਲ ਜ਼ੀਰੋ ਤੋਂ ਗਰੋ ਕੀਤਾ ਤੁਹਾਡੀ ਸਾਰੇ ਮੁਹੱਬਤ 'ਤੇ, ਅਤੇ ਇੰਨੇ ਕੁ ਨੇ ਬਾਕੀ ਇਨਸ਼ਾ ਅੱਲਾ ਆਹਿਸਤਾ ਆਹਿਸਤਾ ਮੁਹੱਬਤ ਵੰਡੂਗੇ ਤੇ ਇਹ ਵਧਣਾ ਹੀ ਹੈ ਇਨਸ਼ਾਅੱਲਾ। ਕੰਮ ਜੋ ਹੈ ਜ਼ਾਹਰੀ ਗੱਲ ਹੈ, ਮਿਹਨਤ ਹੈ ਤੇ ਨਾਲ ਫਲ ਤੇ ਮਿਹਨਤ ਦਾ ਮਿਲਦਾ ਹੀ ਮਿਲਦਾ। ਤੇ ਜੀ ਹੋਰ ਮੈਂ ਕੀ ਦੱਸਾਂ ਇਹਦੇ ਨਾਲ, ਇਹਦੇ ਨਾਲ ਆਪਾਂ ਜਿਹੜਾ ਨਾ 14 Pro ਲੈ ਸਕਦੇ, ਇੱਕ 14 Pro ਲੈ ਸਕਦੇ, ਨੋਨ PTA 14 Pro ਇੱਕ ਆਪਾਂ ਲੈ ਸਕਦੇ ਹਾਂ, ਠੀਕ ਹੈ। ਅਤੇ 14 Pro ਕਿਤੇ ਮਹਿੰਗਾ ਨਾ ਹੋ ਗਿਆ, ਮੈਨੂੰ ਤਾਂ ਰੇਟ ਦਾ ਵੀ ਨਹੀਂ ਅੱਜ ਪਤਾ, ਤਾਜ਼ਾ। ਅਤੇ ਬਾਕੀ ਕੀ ਗਈ ਆ, ਮੇਰੀਆਂ ਗੱਲਾਂ ਹੀ ਮੁੱਕ ਗਈਆਂ ਨੇ। ਚਲੋ ਲਓ ਜੀ, ਮਾਸ਼ਾਅੱਲਾ ਕਲੀਆਂ ਆਪਣੀਆਂ ਖਿਲ ਗਈਆਂ ਨੇ, ਠੀਕ ਹੈ। ਅਤੇ ਵਾਲਦਾ ਨੇ ਜਿਹੜਾ ਨਾ ਚਾਬੂ ਚੁਬੂ ਜਿਹਾ ਵਾਲਿਆ, ਵੇਖੋ ਕਹਿੰਦੇ ਹੁਣੇ ਜਾਣਾ ਪੁੱਤਰ ਬੈਂਕ ਦੇ ਵਿੱਚ, ਬੈਂਕ ਬੰਦ ਹੋਣ ਵਾਲਾ ਅੱਧਾ ਘੰਟਾ ਰਹਿ ਗਿਆ, ਕਹਿੰਦੇ ਨਾ ਮੇਰੇ ਕੋਲ ਵਰਤ ਜਾਣੇ ਨੇ, ਹੁਣੇ ਜਾਣਾ ਬੈਂਕ 'ਚ, ਠੀਕ ਹੈ, ਅਤੇ ਮੇਰੇ ਪੈਸੇ ਜਿਹੜੇ ਨਾ ਜਮ੍ਹਾਂ ਕਰਾ ਕੇ ਪੁੱਤਰ ਇਹ ਘਰ ਵੀ ਰੱਖਦੇ। ਮੈਂ ਕਿਹਾ ਚਲੋ ਸਰ ਆਪਾਂ ਗੁਲਾਮ ਤੁਹਾਡੇ, ਚਲੋ ਚੱਲੀਏ। ਵੇਖੋ ਚਿੱਟਾ ਸੂਟ ਲੈ ਲਿਆ ਅਗਲੇ ਨੇ। ਘਰੇ ਪਹੁੰਚੇ ਸੀ ਅਤੇ ਸਾਡੇ ਨਾ ਮਹਿਮਾਨ ਆ ਗਏ ਨੇ, ਬਸ ਬੈਠੋ ਬੈਠੋ, ਮਹਿਮਾਨ ਜਿਹੜੇ ਨਾ ਈਜ਼ੀ ਹੋ ਕੇ, ਬਹੁਤ ਈਜ਼ੀ ਹੋ ਕੇ ਛੇਬੀ ਭਾਈ ਆ ਗਏ ਨੇ। ਜੇ ਤੁਸੀਂ ਛੇਬੀ ਭਾਈ ਕੋਲ 5 ਮਿੰਟ ਪਹਿਲੇ ਆਉਂਦੇ ਨਾ, ਅਤੇ ਫਿਰ ਤੁਹਾਨੂੰ ਇੱਥੇ ਕੋਈ ਬੰਦਾ ਬਸ਼ਾ ਤੁਸੀਂ ਮਿਲਣਾ ਅਤੇ ਨਾਲ ਤੁਸੀਂ ਬਹੁਤ ਫਰਕਾਉਣਾ ਸੀ, ਅਤੇ ਨਾਲੇ ਤੁਸੀਂ ਜਿਹੜਾ ਨਾ ਉਹ ਫੋਨ ਵੀ ਕਰ ਦੇਣਾ ਸੀ, ਨਾ ਹੀ ਫੋਨ ਵੀ ਖਿੱਚਣਾ ਸੀ। ਅੱਛਾ, ਟਿਕਟੋਕ ਦੀ ਪੇਮੈਂਟ ਆ ਗਈ ਹੈ ਜੀ ਤੁਹਾਡੀ ਫੁੱਫੋ ਦੀ, ਅਤੇ ਮੈਂ ਲਿਆ ਕੇ ਫੜਾਏ ਨੇ, ਅਤੇ ਫੁੱਫੋ ਨੇ ਨਾਲ ਹੀ ਫੁੱਫੋ ਕਹਿੰਦੀ ਨਾ ਇਹਨਾਂ ਨੂੰ ਬੈਂਕ 'ਚ ਜਮ੍ਹਾਂ ਕਰਾ। ਕੋਈ ਗੱਲ ਨਹੀਂ ਤੁਸੀਂ, ਚਲੋ ਚਲੋ ਹੁਣ ਤੱਕ ਤੁਹਾਨੂੰ ਪਾਣੀ ਧੰਦਾ ਪਿਆ ਹੀ ਹੈ ਕੋਈ, ਫਿਰ ਬਾਕੀ ਗੱਲਾਂ ਬਾਅਦ 'ਚ। ਖਾਣਾ ਆਪਣਾ ਬਣ ਗਿਆ ਮਾਸ਼ਾਅੱਲਾ ਜੀ, ਅੱਜ ਚਾਵਲ ਤੁਸੀਂ ਖਾਂਦੇ ਤਾਂ ਨਹੀਂ, ਬਹੁਤ ਜ਼ਿਆਦਾ ਘੱਟ ਖਾਂਦੇ ਆ, ਕਿਉਂਕਿ ਵਾਲਦਾ ਨੂੰ ਜਿਹੜਾ ਨਾ ਚਾਵਲ ਡਾਕਟਰਾਂ ਨੂੰ ਮਨਾ ਕੀਤੇ ਤਾਂ, ਲੇਕਿਨ ਅੱਜ ਫਿਰ ਵੀ ਕਿੰਨੀ ਦੇਰ ਬਾਅਦ, 1.5 ਮਹੀਨੇ ਬਾਅਦ। ਲਓ ਜੀ ਅੱਜ ਵਾਲਦਾ ਨੇ ਨਾ, ਮੈਂ ਮਟਰ ਲੈ ਕੇ ਆਇਆ ਸੀ, ਮੈਂ ਕਿਹਾ ਗੋਸ਼ਤ ਵੀ ਨਹੀਂ ਪਾਉਣਾ ਵਿੱਚ, ਠੀਕ ਹੈ, ਸਾਦੇ ਤੁਸੀਂ ਆਲੂ ਮਟਰ ਪਕਾਓ, ਅਤੇ ਵਾਲਦਾ ਨੇ ਜਿਹੜਾ ਉਹਨਾਂ ਨੇ ਕਿਹਾ ਨਹੀਂ ਜੀ ਪੁੱਤਰ ਅੱਜ ਸਾਦੇ ਆਲੂ ਮਟਰ ਨਹੀਂ, ਮੇਰਾ ਚਾਵਲਾਂ ਦਿਲ ਕਰਦਾ, ਲੇਕਿਨ ਫਿਰ ਵੀ ਉਹਦੇ 'ਚ ਗੋਸ਼ਤ ਪਾ ਹੀ ਲਿਆ। ਉਧਰ ਬਣਾਇਆ ਸੀ ਜਿੱਦਣ ਤੇਰੇ ਮਾਮੂ ਹੋਣਾ ਦੇ ਰੋਜ਼ੀ ਇਫਤਾਰੀ ਕਰਾਈ ਸੀ। ਹਾਂ ਉਧਰ ਬਣਾਇਆ ਸੀ, ਲੇਕਿਨ ਉਹਦਾ ਮੈਂ ਤਾਂ 2-3 ਚਮਚੀਆਂ ਲਈਆਂ, ਮਹੀਨਾ ਹੋ ਗਿਆ ਵਾ, ਮਹੀਨਾ ਹੋ ਗਿਆ, ਤੇ ਲੇਕਿਨ ਫਿਰ ਵੀ ਗੱਲ ਕਹਿਣ ਦਾ ਮਕਸਦ ਇਹ ਕਿ ਗੋਸ਼ਤ ਤੋਂ ਫਿਰ ਵੀ ਬਾਜ਼ ਨਹੀਂ ਆਏ, ਠੀਕ ਹੈ। ਮੈਂ ਕਿਹਾ ਕਿ ਨਾ ਹੀ ਮੁਰਗੀ ਇੰਨੀ ਨਹੀਂ ਚੰਗੀ, ਲੇਕਿਨ ਨਹੀਂ ਮੁਰਗੀ ਨਾ ਪਤਾ ਨਹੀਂ ਕਿਹੜੀ ਡੂੰਗੀ ਮੁਹੱਬਤ।
ਮੈਂ ਕਿਹਾ ਚਲੋ ਚੌਲਾਂ 'ਚ ਦੋ ਕਬੋਟੀਆਂ ਜੀ, ਮੈਂ ਕਹੂੰਗਾ ਸਾਲਾਂ 'ਚ, ਮੈਂ ਕਿਹਾ ਚਲੋ ਕੱਦੂਆਂ 'ਚ ਦੋ ਕਬੋਟੀਆਂ, ਮੈਂ ਕਿਹਾ ਚਲੋ ਟੀਂਡਿਆਂ 'ਚ ਦੋ ਕਬੋਟੀਆਂ, ਮੈਂ ਕਿਹਾ ਦੋ ਕਬੋਟੀਆਂ ਦੋ ਕਬੋਟੀਆਂ ਕਰਦੇ ਕਰਦੇ ਡੇਲੀ ਜਿਹੜਾ ਨਾ ਕਿਲੋ ਦਾ ਸਿਰ ਦੂਜੇ ਦਿਨ ਲਿਆ ਹੁੰਦਾ ਹੈ, ਹੁਣ ਵੇਖ ਕਿਉਂ ਘੁੱਗਰ ਗਾਮੂ ਕਰਕੇ ਬਹਿ ਗਈ ਹੁਣ ਜਾਣ ਕਰੀ ਨਹੀਂ, ਇੱਕ ਮਿੰਟ ਆ ਕੀਤਾ ਇੱਕ ਵਾਰੀ ਮੋਟੀਆਂ ਅੱਖਾਂ ਨੀ ਜਦੋਂ ਹੱਸਦੀ ਨਾ ਐਵੇਂ ਨਿੱਕੇ ਨਿੱਕੇ ਗਲੋਰੀਆਂ ਦਾ ਨੀ ਚੜ ਜਾਂਦਾ। ਚਲੋ ਜੀ ਹੁਣ ਕੋਈ ਰੋਟੀ ਪਾਣੀ ਖਾ ਵੀ ਲਈਏ ਅਤੇ ਉਸ ਤੋਂ ਬਾਅਦ ਫਿਰ ਆਪਾਂ ਮਿਲਦੇ ਹਾਂ ਇਨਸ਼ਾਅੱਲਾ। ਹੋਰ ਗੱਲ ਦੱਸਾਂ ਕੀ ਮਿਲਦੇ ਹਾਂ, ਮੈਂ ਅੱਜ ਬਾਬਾ ਜੀ ਗਿਆ ਟਿਕਟੋਕ 'ਤੇ ਲਾਈਵ, ਓਏ ਹੋਏ ਹੋਏ ਮੈਂ ਕਹਿੰਦਾ ਸਵਾਦ ਆਇਆ ਕਿਹੜਾ, ਮੈਨੂੰ ਨਹੀਂ ਪਤਾ ਹੈ ਕਿੱਧਰੋਂ ਕੀ ਹੋ ਰਿਹਾ, ਬਸ ਦਿਲ ਵੇਖ ਕੇ ਮੈਂ ਬਹੁਤ ਦਿਲ ਖੁਸ਼ ਹੋਇਆ। ਠੀਕ ਹੈ, ਅਤੇ ਜਿਹੜੇ ਆਪਣੇ ਭੈਣ ਭਰਾ ਬਾਹਰੋਂ ਵੇਖਣਾ ਇਨਸ਼ਾਅੱਲਾ, ਆਪਾਂ ਨਾ ਮੈਂ ਸੋਚ ਰਿਹਾ ਕਿ 11 ਵਜੇ ਜਿਹੜਾ ਨਾ ਅੱਧਾ ਕੁ ਘੰਟਾ ਲਾਈਵ ਵਿਆਹ ਕਰਾਂਗੇ ਟਿਕਟੋਕ 'ਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਵਾਸਤੇ। ਠੀਕ ਹੈ, ਅਤੇ ਟਿਕਟੋਕ 'ਤੇ ਲਾਈਵ ਵੇਖਣ ਵਾਸਤੇ ਮੈਨੂੰ 11 ਵਜੇ ਵੇਖਣਾ ਯਾਰ ਬਸ ਵਿਹਲਾ ਸੀ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲਬਾਤ ਕਰ ਲਈ, ਉਦੋਂ ਗੱਲ ਨਾ ਕਰੋ, ਸਿੱਧਾ ਫੋਨ ਕੱਟ ਦਿਓ ਉਹਨੂੰ, ਕੋਈ ਚ ਬਿਜ਼ੀ ਟਾਈਮ 'ਚ ਯਾਦ ਕਰੇ ਤੇ ਫਿਰ ਤੇ ਸਵਾਦ ਬਣਦਾ, ਵਿਹਲੇ ਟਾਈਮ 'ਚ ਤੂੰ ਤੇ ਆਪਣੀ ਬੋਰੀਅਤ ਦੂਰ ਕਰਨ ਆਇਆ, ਤੂੰ ਤੇ ਆਪਦਾ ਟਾਈਮ ਪਾਸ ਕਰਵਾਇਆ, ਤੇਰਾ ਟਾਈਮ ਨੀ ਲੰਘ ਰਿਹਾ। ਮੈਂ ਹਾਜ਼ਰ ਠੀਕ ਹੈ ਤੇ ਬਾਕੀ ਹੁਣ ਪਹਿਲੇ ਰੋਟੀ ਖਾ ਲਈ ਰੋਟੀ ਠਰ ਗਈ ਆਪਣੀ। 2000 years later ਜੀ, ਵਾਲਦਾ ਜਿਹੜੀ ਆ ਨਾ ਖਾਣਾ ਖਾਣ ਤੋਂ ਬਾਅਦ ਵਾਲਦਾ ਲੇਟ ਗਏ, ਅਤੇ ਮੈਂ ਥੋੜ੍ਹਾ ਜਿਹਾ ਕੰਮ ਕਰਨ ਲੱਗ ਗਿਆ ਸੀ, ਵੀਡੀਓ ਵਗੈਰਾ ਮੈਂ ਐਡਿਟ ਕਰਨੀਆਂ ਸੀ ਕੁਛ ਇੱਧਰ ਉੱਧਰ ਛੋਟੇ ਮੋਟੇ ਕੰਮ, ਅਤੇ ਹੁਣ ਮੈਂ ਫ੍ਰੀ ਹੋਇਆ, ਮੈਂ ਇੱਥੇ ਬੈਠਕ 'ਚ ਬੈਠਾ ਹੋਇਆ ਸੀ, ਮੈਂ ਫ੍ਰੀ ਹੋਇਆ ਦਵਿੰਦਰ ਗਿਆ ਅਤੇ ਵਾਲਦਾ ਜਿਹੜੇ ਨਾ ਕੁੱਕੀਆਂ ਮਾਰ ਕੇ ਸੁੱਤੇ ਪਏ ਨੇ, ਮੈਂ ਕਿਹਾ ਚਾਹੇ ਬਣਾ ਕੇ ਪੀਂਦੇ ਹਾਂ ਅਜੇ 11 ਵਜੇ ਨੇ, ਅਤੇ ਮੈਂ ਆਵਾਜ਼ ਦਿੱਤੀ ਸਲੋ ਜੀ, ਮੈਂ ਕਿਹਾ ਚਾਹ ਪੀਣੀ ਆ ਦੌਰਾਨ ਨੀਂਦ ਦੇ ਵਿੱਚ, ਨਹੀਂ ਪੁੱਤਰ ਨਹੀਂ ਚਾਹ ਪੀਣੀ ਤਾਂ ਮੇਰੀ ਉੜ ਜਾਣੀ ਹੈ ਨੀਂਦ, ਮੈਂ ਕਿਹਾ ਓਕੇ ਅੱਖਾਂ ਬੰਦ ਕਰਕੇ ਠੀਕ ਹੈ। ਅਤੇ ਹੁਣ ਮੈਂ ਇੱਥੇ ਆ ਕੇ ਵਲੌਗ ਐਂਡ ਕਰ ਰਿਹਾ, ਮੈਂ ਕਿਹਾ ਉੱਥੇ ਮੈਂ ਜਦੋਂ ਬੋਲਣਾ ਸਟਾਰਟ ਕੀਤਾ ਤਾਂ ਵਾਲਦਾ ਨੇ ਫਿਰ ਉੱਠ ਜਾਣਾ, ਅਤੇ ਬਸ ਇਹ ਆਪਣਾ ਇਹੀ ਸੀ। ਅਤੇ ਜੀ ਬਹੁਤ ਬਹੁਤ ਤੁਹਾਡੇ ਮਿਹਰਬਾਨੀ, ਬਹੁਤ ਬਹੁਤ ਦੁਆਵਾਂ ਜੀ ਤੁਹਾਡੇ ਸਾਰਿਆਂ ਦਾ, ਤੁਹਾਡੇ ਸਾਰਿਆਂ ਦਾ ਸਪੋਰਟ ਜਿੰਨਾ ਤੁਸੀਂ ਟਿਕਟੋਕ 'ਤੇ ਸਪੋਰਟ ਕੀਤਾ, ਠੀਕ ਹੈ, ਅਤੇ ਟਿਕਟੋਕ ਦੀ ਆਪਣੀ ਪਹਿਲੀ ਪੇਮੈਂਟ ਆਈ, ਠੀਕ ਹੈ, ਵਿਦਡਰਾਅ ਕੀਤੀ, ਅਤੇ ਜੀ ਇਸ ਤਰ੍ਹਾਂ ਹੀ ਤੁਸੀਂ ਪਿਆਰ ਮੁਹੱਬਤ ਆਪਣਾ ਯੂਟਿਊਬ 'ਤੇ ਵੰਡਦੇ ਰਹੋ, ਅਤੇ ਬਾਕੀ ਜੀ ਚੈਨਲ ਨੂੰ ਅਗਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ, ਪਹਿਲਾਂ ਲਾਈਕ ਐਂਡ ਪ੍ਰੈਸ ਨਹੀਂ ਕੀਤਾ ਤਾਂ ਉਹ ਵੀ ਪ੍ਰੈਸ ਕਰੋ, ਟੱਲੀ ਲੱਗੀ ਇੰਜ ਕਰਕੇ ਖੜਕਾਓ ਉਹਨੂੰ, ਠੀਕ ਹੈ, ਅਤੇ ਬਾਕੀ ਜ਼ਿਆਦਾ ਤੋਂ ਜ਼ਿਆਦਾ ਦੋਸਤਾਂ ਨਾਲ ਸ਼ੇਅਰ ਕਰੋ, ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ, ਅਤੇ ਮੁਹੱਬਤਾਂ ਵੰਡੋ, ਅਤੇ ਬਾਕੀ ਪਿਆਰ ਦਿਓ ਜੀ। ਬਹੁਤ ਬਹੁਤ ਤੁਹਾਡੇ ਸਾਰਿਆਂ ਦੀ ਮਿਹਰਬਾਨੀ, ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਜਿੰਨਾ ਜ਼ਿਆਦਾ ਪਿਆਰ ਵੰਡਿਆ, ਜਿੰਨਾ ਜ਼ਿਆਦਾ ਤੁਸੀਂ ਜਿਹੜਾ ਮੁਹੱਬਤ ਕੀਤੀ ਟਿਕਟੋਕ 'ਤੇ, ਠੀਕ ਹੈ, ਉਸੇ ਤਰ੍ਹਾਂ ਤੁਸੀਂ ਮੁਹੱਬਤ ਦਿਖਾਉਣੀ ਹੈ ਇਸ ਤਰ੍ਹਾਂ ਆਪਣੇ ਯੂਟਿਊਬ 'ਤੇ, ਅਤੇ ਇੰਸਟਾਗ੍ਰਾਮ ਦਾ ਅਕਾਊਂਟ ਨਾਲ ਲਿੰਕ ਇੰਸਟਾਗ੍ਰਾਮ ਨੂੰ ਲਾਜ਼ਮੀ ਫੋਲੋ ਕਰਨਾ, ਠੀਕ ਹੈ, ਅਤੇ ਬਾਕੀ ਜਿਹੜਾ ਨਾ ਮੈਂ ਟਿਕਟੋਕ 'ਤੇ ਲਾਈਵ ਆਇਆ ਕਰਾਂਗਾ ਰਾਤ 11 ਵਜੇ ਬਿਲਕੁਲ ਸ਼ੋਰਟ ਟਾਈਮ ਵਾਸਤੇ, ਉੱਥੇ ਆਪਾਂ ਗੱਲਾਂ ਬਾਤਾਂ ਕਰਿਆ ਕਰਾਂਗੇ ਲਾਈਵ ਬੈਠ ਕੇ ਇਨਸ਼ਾਅੱਲਾ। ਅਤੇ ਬਾਕੀ ਜੀ ਹੁਣ ਦਿਓ ਮੈਨੂੰ ਇਜਾਜ਼ਤ, ਇਨਸ਼ਾਅੱਲਾ ਮਿਲਾਂਗੇ ਸੁਬਹ ਇੱਕ ਨਵੇਂ ਵਲੌਗ ਦੇ ਵਿੱਚ, ਅੱਲਾ ਹਾਫਿਜ਼, ਦੋਵਾਂ 'ਚ ਯਾਦ ਰੱਖਣਾ, ਬਾਕੀ ਪਿਆਰ ਵੰਡਦੇ ਰਹੋ, ਅਤੇ ਕੀ ਕਰੋ, ਓਕੇ।